ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਜੀ ਤੁਹਾਡਾ ਤੁਹਾਡੇ ਆਪਣੀ ਪੇਰੇ YouTube ਚੈਨਲ ਆਰਕੇ ਸਟੱਡੀ ਐਗਜ਼ਾਮ ਦੇ ਵਿੱਚ ਸੋ ਦੋਸਤੋ ਇਸ ਕਲਾਸ ਦੇ ਵਿੱਚ ਅੱਜ ਆਪਾਂ ਪੋਲੀਟੀਕਲ ਸਾਇੰਸ ਦੇ ਕੁਝ MCQ ਕੁਐਸਚਨ ਡਿਸਕਸ ਕਰਾਂਗੇ ਤੇ ਗਾਇਸ ਇਹ 20 ਦੇ ਲਗਭਗ ਕੁਐਸਚਨ ਨੇ ਤੇ ਨਾ ਤੁਹਾਨੂੰ ਇਸ ਦੇ ਵਿੱਚ ਜੋ ਜਾਣਕਾਰੀ ਦਿੱਤੀ ਜਾਏਗੀ ਸੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋਸਟ ਦੇ ਵਿੱਚ ਹੀ ਜ਼ਿਆਦਾ ਕੁਐਸਚਨ ਬਣਦੇ ਨੇ ਠੀਕ ਹੈ ਸੋ ਜਿਹੜੀ ਜਾਣਕਾਰੀ ਦਿੱਤੀ ਜਾਏਗੀ ਸੋ ਨੋਟ ਕਰ ਲੈਣਾ ਉਸ ਨੂੰ ਵੀ ਤੇ ਤੁਹਾਨੂੰ ਇਸ ਦੀ ਸਾਰੀ PDF Telegram ਚੈਨਲ ਤੇ ਪਰ ਮਿਲ ਜੇਗੀ ਡੀਅਰ ਸੋ ਟੈਲੀਗ੍ਰਾਮ ਚੈਨਲ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਤੇ ਆਓ ਅੱਜ ਦੀ ਕਲਾਸ ਨੂੰ ਆਪਾਂ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਆਪਣੇ ਕੋਲ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਚਾਰ ਆਪਸ਼ਨਸ ਨੇ ਆਪਣੇ ਕੋਲ ਤੇ ਤੁਸੀਂ ਪਹਿਲਾਂ ਆਪ ਹੀ ਅਨਸਰ ਗੈਸ ਕਰਿਆ ਕਰੋ ਤਾਂ ਕਿ ਤੁਹਾਡੀ ਪੇਪਰ ਦੇ ਵਿੱਚ ਵੀ ਸੋ ਆਪਸ਼ਨ ਇਸ ਤਰ੍ਹਾਂ ਹੋਣਗੀਆਂ ਸੋ ਰਾਈਟ ਅਨਸਰ ਆਪਸ਼ਨ ਨੰਬਰ ਪੀ ਹੈ ਗਾਇਸ 6 April 1980 ਠੀਕ ਹੈ ਸੋ 6 April 1980 ਨੂੰ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ ਸੀ ਤੇ ਗਾਈਸ ਉਹ ਭਾਰਤ ਜਨਤਾ ਪਾਰਟੀ ਦੇ ਨਾਲ ਕਿਹੜੇ ਕਿਹੜੇ ਕੁਐਸਚਨ ਮਾਰਨ ਚਾਹੁੰਦੇ ਨੇ ਤੇ ਆਓ ਤੁਹਾਨੂੰ ਜਾਣਕਾਰੀ ਤੌਰ ਤੇ ਦੱਸ ਦਿੰਨੇ ਆ ਦੇਖੋ ਜੋ ਭਾਰਤ ਜਨਤਾ ਪਾਰਟੀ ਦਾ ਹੈਡਕੁਆਟਰ ਹੈ ਉਹ ਨਿਊ ਦਿੱਲੀ ਦੇ ਵਿੱਚ ਹੈ ਤੇ ਜੋ ਪਾਰਟੀ ਦਾ ਚਿੰਨ ਹੈ ਸਾਈਨ ਹੈ ਠੀਕ ਹੈ ਉਹ ਕੀ ਹੈ ਗਾਈਸ ਉਹ ਕਮਲ ਹੈ ਕਮਲ ਦਾ ਫੁੱਲ ਹੈ ਇਸ ਦੇ ਵਿੱਚ ਤੇ ਪ੍ਰੈਜ਼ੀਡੈਂਟ ਨੇ ਜਗਤ ਪ੍ਰਕਾਸ਼ ਨੱਡਾ ਤੇ ਫਾਊਂਡਰ ਨੇ ਅਟਲ ਵਿਹਾਰੀ ਬਾਸਪਾਈ ਜੀ ਤੇ ਹਲਕੇ ਅੜਵਾਨੀ ਠੀਕ ਹੈ ਸੋ ਇਹ ਇੰਪੋਰਟ ਜਾਣਕਾਰੀ ਹੈ ਤੁਸੀਂ ਨੋਟ ਰੱਖਣੀ ਹੈ ਨੈਕਸਟ ਕੁਐਸਚਨ ਹੈ ਗਾਇਸ ਭਾਰਤੀ ਸੰਘ ਦੇ ਵਿੱਚ ਕਿਸੇ ਵੀ ਰਾਜ ਨੂੰ ਸ਼ਾਮਲ ਕਰਨ ਦਾ ਅਧਿਕਾਰ ਕਿਸ ਨੂੰ ਹੈ ਸੋ ਰਾਈਟ ਆਨਸਰ ਇਸ ਦਾ ਸੋ ਸੰਸਦ ਸੋ ਰਾਈਟ ਆਨਸਰ ਆਪਸ਼ਨ ਨੰਬਰ ਡੀ ਹੋਏਗਾ ਪਾਰਲੀਮੈਂਟ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸੰਸਦ ਕਹਿੰਦੇ ਨੇ ਆ ਠੀਕ ਹੈ ਸੋ ਭਾਰਤੀ ਸੰਘ ਦੇ ਵਿੱਚ ਕਿਸੇ ਵੀ ਰਾਜ ਨੂੰ ਸ਼ਾਮਲ ਕਰਨ ਦਾ ਅਧਿਕਾਰ ਪਾਰਲੀਮੈਂਟ ਨੂੰ ਹੈ ਗਾਇਸ ਸੰਸਦ ਨੂੰ ਤੇ ਜਾਣਕਾਰੀ ਤੌਰ ਤੇ ਦੇਖਦੇ ਆਪਾਂ ਦੇਖੋ ਸੰਵਿਧਾਨ ਦਾ ਆਰਟੀਕਲ ਜੋ ਦੂਜਾ ਸੰਸਦ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਕਿਸੇ ਵੀ ਖੇਤਰ ਨੂੰ ਸੰਸਦ ਦੇ ਵਿੱਚ ਦਾਖਲ ਕਰਨ ਜਾਂ ਕਿਸੇ ਵੀ ਸ਼ਰਤਾਂ ਦੇ ਆਧਾਰ ਤੇ ਨਵਾਂ ਰਾਜ ਸਥਾਪਿਤ ਕਰਨ ਦੇ ਲਈ ਨਵੇਂ ਨਿਯਮ ਬਣਾਏ ਜਿਵੇਂ ਕਿ ਉਹ ਉਚਿਤ ਸਮਝੇ ਠੀਕ ਹੈ ਤੇ ਤੁਹਾਨੂੰ ਆਰਟੀਕਲ ਦੇ ਵਿੱਚ ਮੈਂ ਸਾਰਾ ਕੁਝ ਦੱਸਤਾ ਸੀ ਜੇਕਰ ਤੁਹਾਨੂੰ ਯਾਦ ਹੋਵੇਗਾ ਸੋ ਆਰਟੀਕਲ 2 ਦੇ ਵਿੱਚ ਇਹ ਦੱਸਿਆ ਗਿਆ ਠੀਕ ਹੈ ਸੰਸਦ ਨੂੰ ਇਹ ਅਧਿਕਾਰ ਦਿੱਤਾ ਗਿਆ ਠੀਕ ਹੈ गाइस ਇੰਪੋਰਟੈਂਟ ਕੁਐਸਚਨ ਹੈ ਬਹੁਤ ਜ਼ਿਆਦਾ ਸੋ ਨੋਟ ਰੱਖਣਾ ਹੈ 올 ਇੰਡੀਆ ਹਰੀਜਨ ਸੰਘ ਦੀ ਸਥਾਪਨਾ ਹੇਠ ਲਿਖਿਆਂ ਵਿੱਚੋਂ ਕਿਸ ਦੇ ਦੁਆਰਾ ਕੀਤੀ ਗਈ ਹੈ ਦੇਖੋ 올 ਇੰਡੀਆ ਹਰੀਜਨ ਸੰਘ ਦੀ ਸਥਾਪਨਾ ਬਾਰੇ ਪੁੱਛਿਆ ਗਿਆ ਤਾਂ ਇਸ ਦੀ ਸਥਾਪਨਾ ਜਿਸ ਦੇ ਦੁਆਰਾ ਕੀਤੀ ਗਈ ਸੀ ਨਾ ਮੈਂ ਉਹਨਾਂ ਦਾ ਮਹਾਤਮਾ ਗਾਂਧੀ ਜੀ ਸੋ ਆਪਸ਼ਨ ਨੰਬਰ ਸੀ ਰਾਈਟ ਆਨਸਰ ਹੈ ਮਹਾਤਮਾ ਗਾਂਧੀ ਦੁਆਰਾ ਕੀਤੀ ਗਈ ਸੀ 올 ਇੰਡੀਆ ਹਰੀਜਨ ਸੰਘ ਦੀ ਸਥਾਪਨਾ ਤੇ ਜਾਣਕਾਰੀ ਵਿੱਚ ਵੀ ਕੀ ਲਿਖਿਆ ਦੇਖੋ ਹਰੀਜਨ ਸੇਵਕ ਸੰਘ ਇੱਕ ਗੈਰ ਮੁਨਾਫਾ ਸਿਕੰਡਰ ਸੀ ਜਿਸ ਦੀ ਸਥਾਪਨਾ ਮਹਾਤਮਾ ਗਾਂਧੀ ਜੀ ਨੇ 1932 ਦੇ ਵਿੱਚ ਪਾਰ ਦੇ ਵਿੱਚ ਸ਼ੂਤਸ਼ਾਦ ਦੇ ਖਾਤਮੇ ਲਈ ਕੀਤੀ ਸੀ ਇਹ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਵਿਚਕਾਰ ਉਹ ਇਤਿਹਾਸਕ ਪੂਰਨ ਸਮਝੌਤੇ ਤੋਂ ਪੈਦਾ ਹੋਇਆ ਸੀ ਠੀਕ ਹੈ ਗਾਇਸ ਤਾਂ ਯਾਦ ਰੱਖਣੇ ਜਿਵੇਂ ਕਿ ਵਿਟਵਾਰੀ ਦੇ एग्जाम ਦੇ ਵਿੱਚ ਵੀ ਕੁਝ ਸੰਗਠਨਾਵਾਰੀ ਕੁਐਸਚਨ ਪੁੱਛੇ ਗਏ ਸੀ ਠੀਕ ਹੈ ਤੇ ਉਸੇ ਤਰ੍ਹਾਂ ਹੀ ਸੰਗਠਨ ਉੱਥੇ ਗਏ ਕਿ ਗੈਰ ਮੁਨਾਫਾ ਸੰਗਠਨਾਇਕ ਤੇ ਜੋ ਕਿ ਛੂਛਾਤ ਦੇ ਖਾਤਮੇ ਲਈ ਹੈ ਕਿਤਾਬੀ 1932 ਦੇ ਵਿੱਚ ਤਾਂ ਇਹਨਾਂ ਜਾਣਕਾਰੀ ਨੋਟਿਸ ਵਿੱਚ ਲਿਖਿਆ ਜੇ ਤੁਹਾਨੂੰ ਪੀਡੀਐਫ ਮਿਲੇਗੀ ਸੋ ਸਾਥ-ਸਾਥ ਇਹ ਵੀ ਮਿਲ ਜੀਗਾ ਤੁਹਾਨੂੰ ਠੀਕ ਹੈ ਤੁਸੀਂ ਜਾਰੇ ਤੁਹਾਡੇ ਕੁਐਸਚਨ ਪੜਹੋ ਜਦੋਂ ਤਾਂ ਤੁਹਾਨੂੰ ਸੂਝ ਆ ਦੇਗਾ ਇਹ 올 인디아 트레이드 유니언 카ంగ레스 ਦੇ ਪਹਿਲੇ ਪ੍ਰਧਾਨ ਕੌਣ ਸਨ ਦੇਖੋ ਇਸਦੇ ਕਈ ਵਾਰ ਫੁੱਲ ਫਾਰਮ ਵੀ ਪੁੱਛੀ ਜਾਂਦੀ ਹੈ 올 인디아 트레이드 유ని언 ਕਾਂਗਰਸ ਠੀਕ ਹੈ ਸੋ ਇਸਦੇ ਫਰਸਟ ਪ੍ਰੈਜ਼ੀਡੈਂਟ ਪ੍ਰਧਾਨ ਕੌਣ ਸੀ ਇਸਦੇ ਸੋ ਨਾਮ ਹੈ ਗਾਈਜ਼ ਉਹਨਾਂ ਦਾ ਲਾਲਾ 라ਜਪਤਰਾਈ ਜੀ ਠੀਕ ਹੈ ਸੋ ਪੰਜਾਬ ਦੇ ਕੇਸਰੀ ਦੇ ਹਮ ਤੌਰ ਤੇ ਜਣਾਇਆ ਜਾਂਦਾ ਹੈ ਸੋ ਲਾਲਾ 라ਜਪਤਰਾਈ ਜੀ ਨੂੰ ਸੋ অপਸ਼ਨ ਨੰਬਰ ਬੀ ਰਾਈਟ ਆਨਸਰ ਹੋਏਗਾ ਤੇ ਇਹ ਤੁਹਾਨੂੰ ਪਤਾ ਲੱਗ ਗਿਆ ਸੋ 올 인디아 트레이드 ਯੂਨੀਅਨ ਕਾਂਗਰਸ ਦੇ ਪ੍ਰਧਾਨ ਸੀ ਜੋ ਲਾਲਾ 라ਜਪਤਰਾਈ ਤੇ ਜਾਣਕਾਰੀ ਵਿੱਚ ਵੀ ਵੇਖੋ ਇਸ ਦੀ ਸਥਾਪਨਾ ਸੀ ਜੋ 31 ਅਕਤੂਬਰ 1920 ਨੂੰ ਲਾਲਾ ਰਾਜ ਪਟਰਾਇ ਦੇ ਪਹਿਲੇ ਪ੍ਰਧਾਨ ਵੱਜੋਂ ਹੋਈ ਸੀ ਠੀਕ ਹੈ ਸੋ ਇਹ ਤਰੀਕ ਦਿੱਤੀ ਗਈ ਹੈ 31 ਅਕਤੂਬਰ 1920 ਨੂੰ ਠੀਕ ਹੈ ਇਸ ਦੀ ਸਥਾਪਨਾ ਵੱਜੋਂ ਕੀਤੀ ਗਈ ਸੀ ਨੈਕਸਟ ਕੁਐਸਚਨ ਵੇਖੋ ਗਾਈਜ਼ ਸੁਭਾਚੰਦਰ ਬੋਸ ਨੇ ਅੰਗਰੇਜ਼ਾਂ ਵਿਰੁੱਧ ਆਪਣੀ ਲਹਿਰ ਕਿੱਥੋਂ ਸ਼ੁਰੂ ਕੀਤੀ ਸੀ ਜਨਕੀ ਜਿਹੜੇ ਆਪਣੀ ਮੂਵਮੈਂਟ ਸਲਾਈਜ਼ੀਆਂ ਠੀਕ ਹੈ ਉਸ ਨੇ ਲਹਿਰਾਂ ਚਲਾਈਆਂ ਸੀ ਸੋ ਅੰਗਰੇਜ਼ਾਂ ਦੇ ਵਿਰੁੱਧ ਤਾਂ ਉਸ ਨੇ ਸਟਾਰਟ ਕਿੱਥੋਂ ਕੀਤੀ ਸੀ ਉਹ ਸੋ ਇਹ ਕੀਤੀ ਸੀਗਾ ਜੀ ਸਿੰਗਾਪੁਰ ਤੋਂ ਸੋ ਆਪਸ਼ਨ ਨੰਬਰ ਡੀ ਰਾਈਟ ਆਨਸਰ ਹੈ ਠੀਕ ਹੈ ਬਾਕੀ ਤੁਹਾਨੂੰ ਪਤਾ ਵੀ ਹੋਣਾ ਸੋ ਇਸ ਦੇ ਬਾਰੇ ਤੇ ਰਾਈਟ ਆਨਸਰ ਇਸ ਦਾ ਆਪਸ਼ਨ ਨੰਬਰ ਡੀ ਹੋਏਗਾ ਸੋ ਸਵਾਚੰਦਰ ਪੋਚਨੀ ਅਗਰੇਜਾਂ ਬੁੱਧ ਜਿਹੜੀ ਵੀ ਲਹਿਰ ਚਲਾਈ ਸੀ ਉਹ ਸਿੰਗਾਪੁਰ ਤੋਂ ਸਟਾਰਟ ਕੀਤੀ ਸੀ ਠੀਕ ਹੈ ਵਧਿਆ ਨੈਕਸਟ ਕੁਐਸਚਨ ਦੇ ਵੱਲ ਨੈਕਸਟ ਕੁਐਸਚਨ ਹੈ ਮਹਾਤਮਾ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੌਰਾਨ ਕਿਸ ਨੇ ਆਪਣੀ ਵਕਾਲਤ ਛੱਡ ਦਿੱਤੀ ਸੀ ਤਾਂ ਆਪਣੇ ਜਿਸ ਨੇ ਵਕਾਲਤ ਛੱਡੀ ਸੀ ਅਸਹਿਯੋਗ ਅੰਦੋਲਨ ਦੇ ਦੌਰਾਨ ਸੋ ਨਾਮ ਹੈ ਉਹਨਾਂ ਦਾ ਮੋਤੀ ਲਾਲ ਨਹਿਰੂ অপਸ਼ਨ ਨੰਬਰ E ਰਾਈਟ ਆਨਸਰ ਹੈ ਸੋ ਮੋਤੀ ਲਾਲ ਨਹਿਰੂ ਜੀ ਨੇ ਸੋ ਸਹਿਯੋਗ ਅੰਦੋਲਨ ਦੇ ਦੌਰਾਨ ਆਪਣੀ ਵਕਾਲਤ ਛੱਡ ਦਿੱਤੀ ਸੀ ਤੇ ਗੱਲ ਹੋਈ ਹੈ ਅਸਹਿਯੋਗ ਅੰਦੋਲਨ ਦੀ ਸੋ ਆਓ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੀਆਂ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ 5 ਸਤੰਬਰ 1920 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਕੀਤੀ ਗਈ ਸੀ ਸਤੰਬਰ 1920 ਦੇ ਵਿੱਚ ਕਲਕੱਤਾ ਦੇ ਵਿੱਚ ਕਾਂਗਰਸ ਦੇ ਇਜਲਾਸ ਦੇ ਵਿੱਚ ਪਾਰਟੀ ਨੇ ਨਾ ਮਿਲਵਰਤਨ ਪ੍ਰੋਗਰਾਮ ਸ਼ੁਰੂ ਕੀਤਾ ਤੇ ਅਸਹਿਯੋਗ ਅੰਦੋਲਨ ਦਾ ਸਮਾਂ ਸਤੰਬਰ 1920 ਤੋਂ ਫਰਵਰੀ 1922 ਤੱਕ ਮੰਨੇ ਜਾਂਦਾ ਹੈ ਠੀਕ ਹੈ ਗਾਇਸ ਸੋ ਇਸ ਦਾ ਸਮਾਂ ਦੱਸਿਆ ਗਿਆ ਹੈ ਤੇ ਇਸ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੇ ਵਿੱਚ ਇੱਕ ਨਵੇਂ ਦệ ਦੀ ਨਿਸ਼ਾਨਦੇਹੀ ਕੀਤੀ ਸੀ ਬਟ ਬਸ ਇਹ ਜਿਹੜੀ ਪੂਰੀ ਜਾਣਕਾਰੀ ਹੈ ਉਹ ਨੋਟ ਰੱਖਣ ਵਾਲੀ ਹੈ ਜੋ ਇਹਦੀ ਸਮਾਂ ਦੱਸਿਆ ਗਿਆ ਇਸ ਦੇ ਵਿੱਚ ਠੀਕ ਹੈ ਤੇ ਅਗਵਾਈ ਕਿਸ ਦੇ ਕੀਤੀ ਗਈ ਉਹ ਇਸ ਦੇ ਵਿੱਚ ਇੰਪੋਰਟੈਂਟ ਹੈ ਠੀਕ ਹੈ ਤਾਂ ਕੁਐਸਚਨ ਯਾਦ ਰੱਖ ਲੈ ਸੋ ਜਾਣਕਾਰੀ ਤੌਰ ਤੇ ਨੈਕਸਟ ਕੁਐਸਚਨ ਹੈ ਨਮਕ ਸੱਤਿਆਗ੍ਰਹਿ ਦੇ ਦੌਰਾਨ ਹਿਤ ਲੀਖਿਆਂ ਵਿੱਚੋਂ ਕੌਣ ਗਾਂਧੀ ਜੀ ਦੇ ਨਾਲ ਜੁੜਿਆ ਸੀ ਇਹ ਕੁਐਸਚਨ ਫੇਬੀਸ ਐਗਜ਼ਾਮ ਦੇ ਵਿੱਚ ਆਇਆ ਹੋਇਆ ਹੈ ਠੀਕ ਹੈ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਬਹੁਤ ਸਾਰੇ ਨੂੰ ਇਸ ਦੇ ਬਾਰੇ ਪਤਾ ਹੋਵੇਗਾ ਤੇ ਬਹੁਤਿਆਂ ਨੂੰ ਨਹੀਂ ਵੀ ਪਤਾ ਹੋਵੇਗਾ ਤਾਂ ਰਾਈਟ ਆਨਸਰ ਹੈ ਇਸ ਦਾ অপਸ਼ਨ ਨੰਬਰ ਬੀ ਸਰੋਜਨੀ ਨਾਇਡੂ ਠੀਕ ਹੈ ਗਾਇਸ ਸੋ ਇਹਨਾਂ ਨੇ ਸੋ ਇਸ ਨਮਕ ਸੱਤਿਆਗ੍ਰਹਿ ਸੀ ਸੋ ਮਹਾਤਮਾ ਗਾਂਧੀ ਜੀ ਨੇ ਅਗਵਾਈ ਕੀਤੀ ਸੀ ਸਰੋਜਨਾ ਸਰੋਜਨੀ ਨਾਇਡੂ ਜੀ ਨੇ ਸੋ অপਸ਼ਨ ਨੰਬਰ ਬੀ ਰਾਈਟ ਆਨਸਰ ਹੋਏਗਾ ਤੇ ਇੱਥੇ ਇਹ ਗੱਲ ਹੋਈ ਨਮਕ ਸੱਤਿਆਗ੍ਰਹਿ ਦੀ ਇਸ ਦੇ ਬਾਰੇ ਵੀ ਪਾ ਥੋੜੀ ਜੀ सिविल ਨਾ ਫਰਮਾਨੀ ਅੰਦੋਲਨ ਲਗੀ ਪਹਿਲਾ ਪੜਾ ਸੀਦਾ ਅਤੇ ਡਾਂਡੀ ਮਾਰਚ 12 ਮਾਰਚ 1930 ਨੂੰ ਗਾਂਧੀ ਜੀ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਸਾਵਰਮਤੀ ਆਸ਼ਰਮ ਤੋਂ ਸ਼ੁਰੂ ਕੀਤਾ ਅਤੇ 6 April ਨੂੰ ਡਾਂਡੀ ਪਹੁੰਚੇ ਸੀ ਤੇ 1930 ਅਤੇ ਡੰਡੀ ਵਿਖੇ ਮੋਠੀ ਪਰ ਲੂਣ ਚੁੱਕ ਕੇ ਲੂਣ ਕਾਨੂੰਨ ਨੂੰ ਤੋੜ ਦਿੱਤਾ ਸੀ ਅਤੇ ਸਿਵਲ ਨਾ ਫਰਮਾਨੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਠੀਕ ਹੈ ਸੋ ਇਹ ਤਾਂ ਆਪਾਂ ਹੁਣ ਤੱਕ ਪੜ੍ਹਦੀਆਂ ਜੋ ਉਹਨਾਂ ਨੇ ਕੀ ਨਮਕ ਕਾਨੂੰਨ ਤੋੜਿਆ ਸੀ ਤਾਂ ਇਸ ਦੇ ਵਿੱਚ ਇਹ ਜਾਣਕਾਰੀ ਦੱਸੀ ਗਈ ਹੈ ਸੋ ਜੋ ਕਿ ਇਹਨਾਂ ਨੇ ਸ਼ੁਰੂ ਕੀਤਾ ਸੀ 72 ਲੋਕਾਂ ਦੇ ਨਾਲ ਠੀਕ ਹੈ ਤਾਂ ਜਾਣਕਾਰੀ ਨੋਟ ਰੱਖਿਓ ਇਹ ਉਸ ਤੋਂ ਬਾਅਦ ਇਹਨਾਂ ਨੇ ਸਵਨਨਾ ਪਰਮਾਨੀ ਅੰਦੋਲਨ ਦਾ ਸ਼ੁਰੂ ਕੀਤਾ ਸੀ ਐਲਾਨ ਕੀਤਾ ਸੀ ਇਸ ਦਾ ਤੇ ਵੇਖਦੇ ਆ ਨੈਕਸਟ ਕੁਐਸਚਨ ਆਪਾਂ ਭਾਰਤ ਦੇ ਉਨਤੀ ਲਈ ਲੋਕ ਚੇਤਨਾ ਜਗਾਉਣ ਦੇ ਲਈ ਲੰਡਨ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਤੇ ਇਹ ਸਥਾਪਨਾ ਕੀਤੀ ਸੀ गाइस ਰਾਈਟ ਅਨਸਰ ਆਪਸ਼ਨ ਨੰਬਰ A ਹੋਵੇਗਾ ਦਾਦਾਬਾਈ ਨਰੋਜੀ ਜੀ ਨੇ ਠੀਕ ਹੈ ਸੁਪਾਰਤ ਦੇ ਉਨਤੀ ਦੇ ਲਈ ਜਾਨੀ ਕਿ ਚੰਚੇਤਨਾ ਜਗਾਉਣ ਦੇ ਲਈ ਜੋ ਕਿ ਲੰਡਨ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਸੋ ਨਾਮ ਹੈ ਉਹਨਾਂ ਦਾ ਦਾਦਾ ਭਾਈ ਨਰੋਜੀ ਜੀ ਤੇ ਇਹੋ ਜਾਣਕਾਰੀ ਦੇ ਵਿੱਚ ਵੀ ਵੇਖੋ ਈਸਟ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਦਾਦਾ ਭਾਈ ਨਰੋਜੀ ਜੀ ਦੁਆਰਾ 1861 ਦੇ ਵਿੱਚ ਲੰਡਨ ਵਿਖੇ ਕੀਤੀ ਗਈ ਸੀ ਤੇ ਐਸੋਸੀਏਸ਼ਨ ਨੇ ਬ੍ਰਿਟਿਸ਼ ਨਾਗਰਿਕਾਂ ਅਤੇ ਸੰਸਥਾ ਮੈਂਬਰਾਂ ਨੂੰ ਸਾਰੇ ਭਾਰਤੀ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਸੀ ਠੀਕ ਹੈ ਸੋ ਡੇਟ 1918-1966 ਦੇ ਵਿੱਚ ਇਹ ਲੰਡਨ ਦੇ ਵਿੱਚ ਕੀਤੀ ਗਈ ਸੀ ਦਾਦਾਬਾਈ ਨਰੋਜੀ ਦੁਆਰਾ ਸੋ ਦੋ ਕੁਐਸਚਨ ਇਹਦੇ ਵਿੱਚ ਇੰਪੋਰਟ ਬਣ ਜਾਂਦੇ ਨੇ ਤਾਂ ਨੋਟ ਰੱਖਣੇ ਨੇ ਇਹ ਨੈਕਸਟ ਕੁਐਸਚਨ ਨੀਕਲ ਕਰਦੇ ਆਂ ਦੇਖੋ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ 뷰 ਨੂੰ ਲੈ ਕੇ 1935 ਦਾ ਪਾਰ ਸਰਕਾਰ ਐਕਟ ਕਿਸ ਫੈਸਲੇ ਨਾਲ ਸੰਬੰਧਿਤ ਹੈ ਤਾਂ ਗਾਈਸ ਇਹ ਕੁਐਸਚਨ ਹੈ ਜੋ ਨੋਟ ਰੱਖਣਾ ਹੈ ਸੋ ਇਸ ਦਾ ਆਨਸਰ ਸੋ ਆਨਸਰ ਇਜ਼ ਦਾ ਆਪਸ਼ਨ ਨੰਬਰ ਸੀ ਸੁਬਾਈ ਖੁਦਮੁਖਤਿਆਰੀ ਜਿਸ ਨੂੰ ਕਿ ਅੰਗਰੇਜ਼ੀ ਦੇ ਵਿੱਚ ਆਪਾਂ ਕਰਦੇ ਨੇ ਆ ਸੋ ਪ੍ਰੋਵੈਂਸ਼ੀਅਲ ਆਟੋਨੋਮੀ ਠੀਕ ਹੈ ਤਾਂ ਪੰਜਾਬੀ ਦੇ ਵਿੱਚ ਵੀ ਇਹਨਾਂ ਲਈ ਕਿ ਦਿੱਤਾ ਦੇਖੋ ਸਵੈ ਖੁਦਮੁਖਤਿਆਰੀ ਤੇ 1935 ਜੋ ਐਫਸੀ ਤੇ ਦੋ ਵਿੱਚ ਵੰਡਿਆ ਗਿਆ ਸੀ ਇਸ ਦੇ ਵਿੱਚ ਆਊਟ ਡੀਟੇਲ ਵਿੱਚ ਤੁਹਾਨੂੰ ਦੱਸ ਦਿਆਂ ਜੇਕਰ ਇਸ ਤੇ ਵਿੱਚ ਹੋਰ ਕੁਐਸਚਨ ਬਣੇ ਤੇ ਦੇਖੋ ਗਾਈਜ਼ ਇਸ ਤੇ ਵਿੱਚ ਲਿਖਿਆ ਹੈ ਅਗਸਤ 1935 ਦੇ ਵਿੱਚ ਬ੍ਰਿਟਿਸ਼ ਸੰਸਦ ਦੁਆਰਾ ਪਾਰ ਸਰਕਾਰ ਐਕਟ ਪਾਸ ਕੀਤਾ ਗਿਆ ਸੀ ਇਹ ਉਸ ਸਮੇਂ ਬ੍ਰਿਟਿਸ਼ ਸੰਸਦ ਦੁਆਰਾ ਬਣਾਇਆ ਗਿਆ ਸਭ ਤੋਂ ਲੰਬਾ ਐਕਟ ਸੀ ਇਸ ਲਈ ਇਸ ਨੂੰ ਦੋ ਵੱਖਰੇ ਐਕਟਾਂ ਦੇ ਵਿੱਚ ਵੰਡਿਆ ਗਿਆ ਸੀ ਅਰਥਾਤ ਪਾਰ ਸਰਕਾਰ ਐਕਟ 1935 ਅਤੇ ਗਵਰਨਮੈਂਟ ਆਫ ਬਰਮਾ ਐਕਟ 1935 ਠੀਕ ਹੈ ਦੋ ਐਕਟਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੀ ਪਹਿਲੀ ਵਾਰ ਦੱਸਿਆ ਸੀ ਇਸ ਨੂੰ ਪਾਰ ਸਰਕਾਰ ਐਕਟ 1935 ਅਤੇ ਗਵਰਨਮੈਂਟ ਆਫ ਬਰਮਾ ਐਕਟ 1935 ਠੀਕ ਹੈ ਸੋ ਇਹ ਨੋਟ ਰੱਖਣਾ ਕੁਸ਼ਣ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਨੈਕਸਟ ਕੁਸ਼ਣ ਹੈ ਹੇਟ ਲੇਖਾਂ ਵਿੱਚੋਂ ਕਿਹੜਾ ਰਾਜ ਦਾ ਹਿੱਸਾ ਨਹੀਂ ਹੈ ਸੂ ਸਟੇਟ ਦੇ ਵਿੱਚੋਂ ਇਹਨਾਂ ਦਾ ਕਿਹੜਾ ਹਿੱਸਾ ਨਹੀਂ ਹੈ ਦੇਖੋ ਜਨਤਾ ਹੈ ਪੂਪਾਗ ਵੀ ਹੈ ਤੇ ਸ਼ਾਸਨ ਵੀ ਹੈ ਤੇ ਰਾਈਟ ਆਨਸਰ ਕਿਹੜਾ ਹੋਏਗਾ ਜਿਹੜਾ ਨਹੀਂ ਹੈ ਸੱਤਾ অপਸ਼ਨ ਨੰਬਰ A ਰਾਈਟ ਆਨਸਰ ਹੋਏਗਾ ਠੀਕ ਹੈ ਸੋ ਪਾਵਰ ਜਿਹਨੂੰ ਕਿ ਸੱਤਾ ਕਹਿੰਦੇ ਨੇ ਆਪਾਂ ਸੋ ਰਾਜ ਦਾ ਹਿੱਸਾ ਨਹੀਂ ਹੈ ਠੀਕ ਹੈ ਸੋ ਯਾਦ ਰੱਖਿਓ ਨੈਕਸਟ ਕੁਐਸਚਨ ਸੰਯੁਕਤ ਰਾਸ਼ਟਰ ਦੇ ਵਿੱਚ ਹਿੰਦੀ ਦੇ ਵਿੱਚ ਪਾਸ਼ਣ ਦੇਣ ਵਾਲਾ ਪਹਿਲਾ ਵਿਅਕਤੀ ਕੌਣ ਹੈ ਤੇ ਲਗਭਗ ਲਗਭਗ ਸਭ ਨੂੰ ਪਤਾ ਹੀ ਹੋਵੇਗਾ ਸੋ ਰਾਈਟ ਆਨਸਰ ਇਸ ਦਾ অপਸ਼ਨ ਨੰਬਰ ਏ ਅਟਲ ਵਿਆਹਰੀ ਬਾਜਪਾਈ ਜੀ ਠੀਕ ਹੈ ਤੇ ਹੁਣ ਡਿੱਟੋ ਕੁਐਸਚਨ ਇਹ ਨਹੀਂ ਬਣੇਗਾ ਸੋ ਇਸ ਦੇ ਵਿੱਚ ਕੁਮ ਮੁਖ ਫਰਿਆ ਕੇ ਕੁਐਸਚਨ ਬਣ ਜਾਂਦਾ ਜਿਵੇਂ ਕਿ ਪੁੱਟ ਹੁੰਦਾ ਇਸ ਦੇ ਵਿੱਚ ਕੁਐਸਚਨ ਇਹ ਤੁਹਾਨੂੰ ਪਤਾ ਲੱਗਿਆ ਸੋ ਹਿੰਦੀ ਦੇ ਵਿੱਚ ਪਾਸ਼ਣ ਦੇਣ ਵਾਲੇ ਪਹਿਲੇ ਵਿਅਕਤੀ ਸੀ ਅਟਲ ਵਿਆਹਰੀ ਬਾਜਪਾਈ ਜੀ ਠੀਕ ਹੈ ਤੇ ਜੋ ਕੀ ਬਣਦਾ ਦੇਖੋ ਸੋਹਿਬ ਵਿਦੇਸ਼ ਮੰਤਰੀ ਦੇ ਰੂਪ ਵਿੱਚ ਬਾਜਪਾਈ 1977 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਹਿੰਦੀ ਦੇ ਵਿੱਚ ਪਾਸ਼ਣ ਦੇਣ ਵਾਲੇ ਪਹਿਲੇ ਵਿਅਕਤੀ ਬਣੇ ਸੀ ਠੀਕ ਹੈ ਤਾਂ ਇਹਨਾਂ ਨੂੰ ਉਹਦਾ ਪੁੱਛਿਆ ਜਾ ਸਕਦਾ ਉਸ ਦੇ ਵਿੱਚ ਵੀ ਇਹ ਜੋ ਉਹਨਾਂ ਨੇ ਸੋ ਹਿੰਦੀ ਦੇ ਵਿੱਚ ਭਾਸ਼ਣ ਦਿੱਤਾ ਸੀ 1977 ਦੇ ਵਿੱਚ ਤਾਂ ਉਹਨਾਂ ਕੋਲ ਕਿਹੜਾ ਉਦਦ ਸੀ ਠੀਕ ਹੈ ਸੋ ਵਿਦੇਸ਼ ਮੰਤਰੀ ਤੌਰ ਤੇ ਇਹਨਾਂ ਨੇ ਉਹਦੋਂ ਭਾਸ਼ਣ ਦਿੱਤਾ ਸੀ ਇਹ ਤਾਂ ਜਰੂਰ ਯਾਦ ਨੋਟ ਰੱਖਿਆ ਕਰੋ ਤਾਂ ਮੈਂ ਕਹਿਣਾ ਉਹਨਾਂ ਸੋ ਜਿਹੜੀ ਕਿ ਜਾਣਕਾਰੀ ਹੁੰਦੀ ਹੈ ਸੋ ਬਹੁਤ ਜ਼ਿਆਦਾ ਇੰਪੋਰਟੰਟ ਹੁੰਦੀ ਹੈ ਠੀਕ ਹੈ ਗਾਇਸ ਸੋ 1977 ਦੇ ਵਿੱਚ ਇਹ ਸੋ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਭਾਸ਼ਣ ਦਿੱਤਾ ਸੀ ਇਹਨਾਂ ਨੇ ਠੀਕ ਹੈ ਨੈਕਸਟ ਕੁਐਸਚਨ ਹੇਟ ਲਿਖਾ ਵਿੱਚੋਂ ਕਿਹੜਾ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਨਹੀਂ ਹੈ ਦੇਖੋ ਜੋ ਸਥਾਈ ਮੈਂਬਰ ਨਹੀਂ ਹੈ ਸੋ ਇਹਨਾਂ ਦੇ ਵਿੱਚ ਕਿਹੜਾ ਹੈ ਉਹ ਉਹ ਹੈ ਗਾਇਸ ਜਰਮਨੀ ਆਪਸ਼ਨ ਨੰਬਰ ਬੀ ਰਾਈਟ ਆਨਸਰ ਹੈ ਸੋ ਜਰਮਨੀ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਨਹੀਂ ਹੈ ਤੇ ਹੋਰ ਕਿਹੜੇ ਕਿਹੜੇ ਨੇ ਜੋ ਕਿ ਸਥਾਈ ਮੈਂਬਰ ਨਹੀਂ ਨੇ ਆਓ ਤੁਹਾਨੂੰ ਲਿਸਟੀ ਤੌਰ ਤੇ ਦੱਸ ਦਿੰਦੇ ਆ ਤੁਸੀਂ ਨੋਟ ਕਰ ਲਿਓ ਇਸ ਨੂੰ ਦੇਖੋ ਫਸਟ ਹੈ ਬੈਲਜੀਅਮ ਡੋਮਿਨਿਕਨ ਰਿਪਬਲਿਕ ਐਸਟੋਨੀਆ ਜਰਮਨੀ ਇੰਡੋਨੇਸ਼ੀਆ ਨਾਈਜ਼ਰ ਆ ਗਿਆ ਸੈਂਟ ਵਿنسੈਂਟ ਠੀਕ ਹੈ ਤੇ ਗ੍ਰੇਨਾਇਟਸ ਆ ਗਿਆ ਦੱਖਣੀ ਫੈਰਿਕ ਆ ਗਿਆ ਤੇ ਟਿਊਨੀਸ਼ੀਆ ਆ ਗਿਆ ਸੋ ਇਹ ਸਾਰੀ ਨੇ ਜੋ ਕਿ ਸੰਯੁਕਤ ਰਾਸ਼ਟਰ ਦੇ 27 ਮੈਂਬਰ ਨਹੀਂ ਨੇ ਠੀਕ ਹੈ ਸੋ ਚਾਹੀਏ ਨਾ ਸਕਰੀਨਸ਼ਾਟ ਲੈ ਲੋ ਤੇ ਚਾਹੀਏ ਇਹਨਾਂ ਨੂੰ ਕਾਪੀ ਤੇ ਪਰ ਨੋਟ ਕਰ ਲੋ ਠੀਕ ਹੈ ਕੋਈ ਵੀ ਪੁੱਛ ਸਕਦਾ ਹੈ ਪੀਪਰ ਦੇ ਵਿੱਚ ਤਾਂ ਤੁਸੀਂ ਕਲਾ ਜਰਮਨੀ ਨਾ ਯਾਦ ਰੱਖਿਓ ਵੀ ਡਿਟੋ ਇਹ ਪੁੱਛਿਆ ਜਾਏਗਾ ਤਾਂ ਹੋਰ ਵੀ ਬਹੁਤ ਸਾਰੇ ਦੇਸ਼ ਨੇ ਸੋ ਇਹਨਾਂ ਨੂੰ ਨੋਟ ਰੱਖਿਓ ਨੈਕਸਟ ਕੁਐਸਚਨ ਹੈ ਕਿਸ ਦੇ ਅਨੁਸਾਰ ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ ਦੇਖੋ ਇਸ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਕਨਫਿਊਜ਼ ਹੁੰਦੇ ਨੇ ਕਿਉਂਕਿ ਆਪਸ਼ਨਸ ਸਾਰੀਆਂ ਸੇਮ ਸੇਮ ਲੱਗਦੀਆਂ ਨੇ ਆਪਾਂ ਨੂੰ ਦੇਖੋ ਜਿਵੇਂ ਕੈਬਨਟ ਮਿਸ਼ਨ ਯੋਜਨਾ ਆ ਗਿਆ ਕ੍ਰਿਪਸ ਪ੍ਰਸਤਾਵ ਆ ਗਿਆ ਮਾਉਂਟ ਵਿਟਨ ਯੋਜਨਾ ਆ ਗਿਆ ਆਪਾਂ ਕੁਐਸਚਨ ਪੜ੍ਹਿਆ ਹੁੰਦਾ ਹੈ ਬਟ ਉੱਥੇ ਪੇਪਰ ਦੇ ਵਿੱਚ ਜਾ ਕੇ ਆਪਾਂ ਕਨਫਿਊਜ਼ ਹੋ ਜਾਂਦੇ ਆ ਠੀਕ ਹੈ ਤਾਂ ਇਹ ਜ਼ਰੂਰ ਯਾਦ ਰੱਖਣਾ ਹੈ ਕਿ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ ਕੈਬਨਟ ਮਿਸ਼ਨ ਯੋਜਨਾ ਦੇ ਦੁਆਰਾ ਆਪਸ਼ਨ ਨੰਬਰ A ਰਾਈਟ ਆਨਸਰ ਹੋਏਗਾ ਗイズ ਠੀਕ ਹੈ ਸੋ ਕਨਫਿਊਜ਼ ਨਹੀਂ ਹੋਣਾ ਕਿਉਂਕਿ ਇਹ ਆਸਾਨ ਜਿਹੇ ਕੁਐਸਚਨ ਹੁੰਦੇ ਨੇ ਤੇ ਆਪਾਂ ਵਰਤਮਾਨ ਸਮੇਂ ਵਿੱਚ ਭਾਰਤ ਦੇ ਸੰਵਿਧਾਨ ਦੇ ਅਧੀਨ ਸੰਪਤੀ ਦਾ ਅਧਿਕਾਰ ਹੈ ਤਾਂ ਸੰਪਤੀ ਦਾ ਅਧਿਕਾਰ ਕਿਹ ਹੈ ਗਾਈਸ ਸੋ ਇਹ ਹੈ ਸੰਵਿਧਾਨਿਕ ਅਧਿਕਾਰ ਆਪਸ਼ਨ ਨੰਬਰ ਬੀ ਰਾਈਟ ਆਨਸਰ ਹੈ ਬਹੁਤ ਵਾਰੀ ਇਗਜ਼ਾਮ ਦੇ ਵਿੱਚ ਪੁੱਛਿਆ ਹੈ ਕੁਐਸਚਨ ਤਾਂ ਇਸ ਨੂੰ ਜ਼ਰੂਰ ਨੋਟ ਰੱਖਣਾ ਹੈ ਤੇ ਸੰਪਤੀ ਦੇ ਅਧਿਕਾਰ ਦੀ ਗੱਲ ਹੋਈ ਹੈ ਸੋ ਇਹ ਤਾਂ ਹੈ ਸੰਵਿਧਾਨਿਕ ਅਧਿਕਾਰ ਹੋਰ ਇਸ ਦੇ ਵਿੱਚ ਕਿਹ ਕੁ ਕੁਐਸਚਨ ਬਣ ਜਾਂਦੇ ਨੇ ਦੇਖੋ ਸੰਪਤੀ ਦਾ ਅਧਿਕਾਰ ਅਜ ਵੀ ਭਾਰਤੀ ਸੰਵਿਧਾਨ ਦੇ ਅਨੁਸ਼ੇਦ 300 ਐ ਠੀਕ ਹੈ ਇਹ ਬਣ ਜਾਂਦਾ ਇੱਕ ਕੁਐਸਚਨ ਅਨੁਛਾਦ ਅਨੁਸ਼ੇਦ ਹੈ ਜੋ 300A ਉਸ ਦੇ ਅਧੀਨ ਸੰਵਿਧਾਨਿਕ ਅਧਿਕਾਰ ਹੈ ਹਾਲਾਂਕਿ ਇੱਕ ਬੁਨਿਆਦੀ ਅਧਿਕਾਰ ਨਹੀਂ ਹੈ ਠੀਕ ਹੈ ਸੋ ਇਹ ਵੀ ਇਹ ਵੀ ਬਣ ਜਾਂਦਾ ਇੱਕ ਕੁਐਸਚਨ ਕਿ ਇਹ ਬੁਨਿਆਦੀ ਅਧਿਕਾਰ ਨਹੀਂ ਹੈ ਅਧਿਕਾਰ ਤੋਂ ਵਾਂਝਾ ਹੋਣਾ ਸਿਰਫ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਅਨੁਸਾਰ ਹੋ ਸਕਦਾ ਹੈ ਠੀਕ ਹੈ ਗਾਇਸ ਤੇਹੀ ਕੁਐਸਚਨ ਬਣ ਜਾਂਦਾ ਇਸ ਦੇ ਵਿੱਚੋਂ ਸੋ ਅਨੁਛੇਦ ਯਾਦ ਰੱਖਣਾ ਹੈ ਸੋ 300A ਦੇ ਅਧੀਨ ਠੀਕ ਹੈ ਤੇ ਗੱਲ ਕਰਦੇ ਆ ਨੈਕਸਟ ਕੁਐਸਚਨ ਦੀ ਆਪਾਂ ਭਾਰਤੀ ਸੰਵਿਧਾਨ ਦੇ ਵਿੱਚ ਮੂਲ ਕਰਤੱਪਾਂ ਨੂੰ ਕਦੋਂ ਸ਼ਾਮਲ ਕੀਤਾ ਗਿਆ ਸੀ ਸੋ ਗਾਇਸ ਮੂਲ ਕਰਤੱਪਾਂ ਨੂੰ ਸ਼ਾਮਲ ਕੀਤਾ ਗਿਆ ਸੀ 1976 ਦੇ ਵਿੱਚ ਆਪਸ਼ਨ ਨੰਬਰ ਬੀ ਰਾਈਟ ਆਨਸਰ ਹੋਏਗਾ ਠੀਕ ਹੈ ਸੋ ਭਾਰਤੀ ਸੰਵਿਧਾਨ ਦੇ ਵਿੱਚ ਮੂਲ ਕਰਤੱਪਾਂ ਨੂੰ 1976 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਸਰਕਾਰ ਦੁਆਰਾ ਗਠਿਤ ਕੀਤੀ ਗਈ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ਾਂ ਤੇ 1976 ਦੇ ਵਿੱਚ 42ਵੇਂ ਸੋਧ ਦੁਆਰਾ ਨਾਗਰਿਕਾਂ ਦੇ ਬੁਨਿਆਦੀ ਫਰਜ਼ ਜਾਨਕੀ ਮੂਲ ਕਰਤੱਪ ਨੇ ਜੋ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਮੇਰੇ ਕੋ ਦੋ ਤਿੰਨ ਕੁਐਸਚਨ ਬਣ ਜਾਂਦੇ ਨੇ ਥੋਕੰਪਰਿਆ ਕੇ ਠੀਕ ਹੈ ਕਮੇਟੀ ਪੁੱਛੀ ਜਾ ਸਕਦੀ ਹੈ ਸਵਰਨ ਸਿੰਘ ਕਮੇਟੀ ਠੀਕ ਹੈ ਤਿੰਨਾਂ ਲਈ ਸਨ ਪੁੱਛਿਆ ਜਾ ਸਕਦਾ ਹੈ 1976 ਦੇ ਵਿੱਚ ਸੋਸੋਧ ਪੁੱਛੀ ਜਾ ਸਕਦੀ ਹੈ ਕਿਹੜੀ 42 ਮਿਸੋਧ ਠੀਕ ਹੈ ਸੋ ਐ ਦੋ ਤਿੰਨ ਕੁਐਸਚਨ ਬਣ ਜਾਂਦੇ ਨੇ ਜਿਹੜੇ ਕੀ ਆਪਾਂ ਕੁਐਸਚਨ ਦੇ ਵਿੱਚ ਉਹ ਵੇਖ ਲੈਣੇ ਆ ਸੋ ਨੋਟ ਰੱਖਣ ਦੀ ਸੋ ਜ਼ਰੂਰੀ ਹੁੰਦਾ ਉਹ ਨੋਟ ਰੱਖ ਲਿਆ ਕਰੋ ਇਹਨਾਂ ਨੂੰ ਨੈਕਸਟ ਕੁਐਸਚਨ ਹੈ ਪਰ ਦੀ ਸੰਸਦ ਦਾ ਉਦਘਾਟਨ ਕਦੋਂ ਕੀਤਾ ਗਿਆ ਸੀ ਤੋ ਪਾਰਲੀਮੈਂਟ ਦਾ ਜੋ ਇਨਗ੍ਰੇਟਡ ਹੈ ਸੰਸਦ ਦਾ ਜਿਹਦਾ ਉਦਘਾਟਨ ਕਦੋਂ ਕੀਤਾ ਗਿਆ ਸੀ ਸੋ ਰਾਈਟ ਆਨਸਰ ਆਪਸ਼ਨ ਨੰਬਰ ਡੀ ਹੈ 1927 ਦੇ ਵਿੱਚ ਜੋ ਕਿ ਪਾਰਲੀਮੈਂਟ ਆਫ ਇੰਡੀਆ ਸੰਸਦ ਉਦਘਾਟਨ 1927 ਦੇ ਵਿੱਚ ਕੀਤਾ ਗਿਆ ਸੀ ਤੇ ਸੰਸਦਿਕ ਲੋਈ ਹੈ ਹੋਰ ਇਹਦੇ ਵਿੱਚੋਂ ਕਿਹੜੇ ਕਿਹੜੇ ਕੁਐਸਚਨ ਬਣ ਜਾਂਦੇ ਨੇ ਸੰਸਦ ਭਾਵਨਨ ਨਿਯਮਾਣ 1921 ਦੇ ਵਿੱਚ ਆਰੰਭ ਹੋਇਆ ਸੀ ਦੇਖੋ ਆਰੰਭ ਹੋਇਆ ਸੀ 1921 ਦੇ ਵਿੱਚ ਤੇ ਇਹ 1927 ਦੇ ਵਿੱਚ ਪੂਰਾ ਹੋਇਆ ਸੀ ਠੀਕ ਹੈ ਇੱਥੇ ਕੁਐਸਚਨ ਨਾਲ ਕਨਫਿਊਜ਼ ਕਰ ਦਿੰਦੇ ਨੇ ਕਈ ਵਾਰ ਸੋ ਦੇਖੋ ਆਰੰਭ ਕਦੋਂ ਹੋਇਆ ਸੀ 1921 ਦੇ ਵਿੱਚ ਤੇ ਪੂਰਾ ਹੋਇਆ ਸੀ 1927 ਦੇ ਵਿੱਚ ਸੰਸਦ ਭਵਨ ਜੋ ਉਸ ਸਮੇਂ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਦਾ ਘਰ ਸੀ ਦਲਦੁਕਾਟਨ ਸਮਰੋਹ 18 ਜਨਵਰੀ 1927 ਨੂੰ ਭਾਰਤ ਦੇ ਵਾਈਸਰਾਏ ਲਾਰਡ ਏਰਵਨ ਦੁਆਰਾ ਕੀਤਾ ਗਿਆ ਸੀ ਠੀਕ ਹੈ ਦੇਖੋ ਕੁਐਸਚਨ ਕਿੱਥੋਂ ਬਣ ਗਿਆ ਸੋ ਲਾਰਡ ਏਰਵਨ ਦੁਆਰਾ ਕੀਤਾ ਗਿਆ ਸੀ ਇਹ 18 ਜਨਵਰੀ 1927 ਦੇ ਨੂੰ ਠੀਕ ਹੈ ਸੋ ਨੋਟ ਰੱਖਣੀ ਹੈ ਕੁਐਸਚਨ ਇੰਪੋਰਟ ਹੈ ਨੈਕਸਟ ਕੁਐਸਚਨ ਹੈ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਰਾਸ਼ਟਰਪਤੀ ਦਾ ਕਿਹੜਾ ਅਧਿਕਾਰ ਹੈ ਤੇ ਹੈ ਗਾਇਸ ਵਿਧਾਨਿਕ ਅਧਿਕਾਰ ਆਪਸ਼ਨ ਨੰਬਰ ਸੀ ਰਾਈਟ ਆਨਸਰ ਹੈ ਵਿਧਾਨਿਕ ਅਧਿਕਾਰ ਹੈ ਆਰਡੀਨੈਂਸ ਜਾਰੀ ਕਰਨ ਦਾ ਰਾਸ਼ਟਰਪਤੀ ਨੂੰ ਤੇ ਜੋ ਕਿ ਆਰਡੀਨੈਂਸ ਜਾਰੀ ਕਰਦਾ ਸੋ ਰਾਸ਼ਟਰਪਤੀ ਸੋ ਕਿਹੜੇ ਅਨੁਛੇਦ ਦੇ ਤਿੰਨ ਕਰਦਾ ਆਰਟੀਕਲ ਸੋ ਆਰਟੀਕਲ 123 ਦੇ ਦੀਨ ਠੀਕ ਹੈ ਇਹ ਤੁਹਾਨੂੰ ਯਾਦ ਹੋਵੇਗਾ ਸੋ ਇਹ ਆਪਣੀ ਸਾਰੇ ਤੁਹਾਨੂੰ ਇੰਪੋਰਟੈਂਟ ਇੰਪੋਰਟੈਂਟ ਜਿਹੜੇ ਆਰਟੀਕਲ ਸੀ ਉਹ ਵੀਡੀਓ ਦੇ ਵਿੱਚ ਮੈਂ ਕਰਵਾ ਦਿੱਤੇ ਸੀ ਠੀਕ ਹੈ ਸੋ ਤੁਹਾਨੂੰ ਲਿੰਕ ਮਿਲ ਜੀਗਾ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਸੋ ਜਾ ਕੇ ਵੀਡੀਓ ਨੂੰ ਵੇਖ ਲਿਓ ਕਿਉਂਕਿ ਆਰਟੀਕਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਮੈਂ ਲਗਭਗ ਲਗਭਗ ਸਾਰੇ ਭਾਗ ਨੇ ਜਿੰਨੇ ਵੀ ਤੇ ਆਰਟੀਕਲ ਨੇ ਸਾਰੇ ਕਵਰ ਕਰਾ ਦਿੱਤੇ ਨੇ ਉਸ ਵੀਡੀਓ ਦੇ ਵਿੱਚ ਠੀਕ ਹੈ ਜੋ ਨੋਟ ਰੱਖਣੇ ਐ ਕੁਐਸਚਨ ਨੂੰ ਨੈਕਸਟ ਕੁਐਸਚਨ ਹੈ ਜੰਗ ਦਾ ਐਲਾਨ ਕਰਨ ਜਾਂ ਫਿਰ ਸ਼ਾਂਤੀ ਦਾ ਫੈਸਲਾ ਕਰਨ ਲਈ ਕਾਨੂੰਨੀ ਤੌਰ ਤੇ ਕੌਣ ਸਮਰੱਥ ਹੈ ਤਾਂ ਇਸ ਦੇ ਲਈ ਜੋ ਸਮਰੱਥ ਹੈ ਗਾਇਸ ਸੋਤਾ ਨੂੰ ਪਤਾ ਲੱਗਿਆ ਹੋਣਾ ਜੋ ਕਿ ਆਪਣੇ ਕੋਲ ਸੰਵਿਧਾਨ ਦੇ ਵਿੱਚ ਅਨੁਛੇਦ ਦਿੱਤੇ ਹੋਏ ਨੇ 352 ਠੀਕ ਹੈ ਤੇ ਸੋ ਰਾਈਟ ਆਨਸਰ ਆਪਸ਼ਨ ਨੰਬਰ ਬੀ ਹੋਏਗਾ ਰਾਸ਼ਟਰਪਤੀ ਸੂਜੰਗ ਦਾ ਐਲਾਨ ਕਰਨ ਜਾਂ ਫਿਰ ਸ਼ਾਂਤੀ ਦਾ ਫੈਸਲਾ ਕਰਨ ਦੇ ਲਈ ਜੋ ਕਿ ਕਾਨੂੰਨੀ ਤੌਰ ਤੇ ਮੰਨਤਾ ਦਿੱਤੀ ਗਈ ਸਮਰਥਨੇ ਸੂ ਰਾਸ਼ਟਰਪਤੀ ਇਸ ਦਾ ਰਾਈਟ ਆਨਸਰ ਕੁਐਸਚਨ ਨੰਬਰ B ਹੋਏਗਾ ਠੀਕ ਹੈ ਨੋਟ ਰੱਖਣਾ ਕੁਐਸਚਨ ਹੈ ਇਹ ਵੀ ਇੰਪੋਰਟ ਹੈ ਨੈਕਸਟ ਕੁਐਸਚਨ ਹੈ ਹੇਟ ਲੀਗ ਹੈ ਵਿੱਚੋਂ ਕੌਣ ਪਾਰ ਦੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਂਦਾ ਜੋ ਕਿ ਹਿੱਸਾ ਨਹੀਂ ਲੈਂਦੇ ਸੋ ਉਹਨਾਂ ਦੀ ਗੱਲ ਹੋਈ ਹੈ ਸੋ ਜੋ ਕਿ ਹਿੱਸਾ ਨਹੀਂ ਲੈਂਦੇ गाइस ਸੋ ਆਪਸ਼ਨ ਨੰਬਰ C ਹੋਏਗਾ ਰਾਜ ਸਭਾ ਅਤੇ ਲੋਕ ਸਭਾ ਦੇ ਨਾਮਜ਼ਦ ਮੈਂਬਰ ਜਿਹੜੇ ਠੀਕ ਹੈ ਜੋ ਕਿ ਨਾਮਜ਼ਦ ਕੀਤੇ ਹੋਏ ਮੈਂਬਰ ਨੇ ਸੋ ਰਾਸ਼ਟਰਪਤੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਂਦੇ ਜਿਵੇਂ ਕਿ ਤੁਹਾਨੂੰ ਡੀਟੇਲ ਦੇ ਵਿੱਚ ਭਾਗਤ ਨੇ ਦੇਖਦੇ ਆ ਦੇਖੋ ਰਾਜ ਸਭਾ ਦੇ ਵਿੱਚ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਅਤੇ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੁਆਰਾ 2-2 ਵਦ ਮੈਂਬਰ ਨਾਮਜ਼ਦ ਨਹੀਂ ਕੀਤੇ ਜਾ ਸਕਦੇ ਜਿਵੇਂ ਕਿ ਇਹ ਲੋਕ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਉਹ ਪੱਖਪਾਤੀ ਫੈਸਲੇ ਤੋਂ ਬਚਣ ਦੇ ਲਈ ਰਾਸ਼ਟਰਪਤੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਠੀਕ ਹੈ ਸੋਹੀ ਕਾਰਨ ਇਸ ਦੇ ਵਿੱਚ ਦੱਸਿਆ ਗਿਆ ਹੈ ਤਾਂ ਯਾਦ ਰੱਖਿਓ ਕੁਸ਼ਚਨ ਨੂੰ ਤਿਆਰ ਹੋ ਗਿਆ ਨੈਕਸਟ ਕੁਐਸਚਨ ਦੇ ਵੱਲ ਆਪਾਂ ਨੈਕਸਟ ਕੁਐਸਚਨ ਹੈ ਕਿਹੜੀਆਂ ਲੋਕ ਸਭਾ ਚੋਣਾਂ ਸੀ ਉਹ ਚਾਰ ਪੜਾਵਾਂ ਦੇ ਵਿੱਚ ਹੋਈ ਸੀ ਦੇਖੋ ਜਿਹੜੀ ਲੋਕ ਸਭਾ ਚੋਣਾਂ ਸੀ ਚਾਰ ਪੜਾਵਾਂ ਦੇ ਵਿੱਚ ਉਹ ਸੀ ਗਾਇਸ 14ਵੀਂ ਆਪਸ਼ਨ ਨੰਬਰ ਬੀ ਰਾਈਟ ਆਨਸਰ ਹੈ ਠੀਕ ਹੈ 14ਵੀਂ ਲੋਕ ਸਭਾ ਚੋਣਾਂ ਸੀ ਚਾਰ ਪੜਾਵਾਂ ਦੇ ਵਿੱਚ ਹੋਈ ਸੀ ਤੇ ਇਸ ਦੇ ਨਾਲ ਹੀ ਰਿਲੇਟਡ ਇੱਕ ਕੁਐਸਚਨ ਹੋੜਾ ਸੀ ਦੇਖੋ ਇਹ ਕੁਐਸਚਨ ਐ ਸੀ ਜੋ 16ਵੀਂ ਲੋਕ ਸਭਾ ਦੀ 16ਵੀਂ ਲੋਕ ਸਭਾ ਨੇ ਚੋਣਾਂ ਸੀ ਜੋ 11 ਅਪ੍ਰੈਲ ਤੋਂ ਸ਼ੁਰੂ ਹੋ ਕੇ ਪੂਰੇ ਭਾਰਤ ਦੇ ਸੱਤ ਪੜਾਵਾਂ ਦੇ ਵਿੱਚ ਹੋਈਆਂ ਸੀ ਠੀਕ ਹੈ ਇਹ ਸੱਤ ਪੜਾਵਾਂ ਦੇ ਵਿੱਚ ਹੋਈਆਂ ਸੀ ਤੇ ਜੋ ਕਿ ਚਾਰ ਪੜਾਵਾਂ ਦੇ ਵਿੱਚ ਹੋਈ ਸੀ ਉਹ ਲੋਕ ਸਭਾ ਚ ਹੋਣੀ ਸੀ 14ਵੀਂ ਤਾਂ ਇਹ ਦੋਵੇਂ ਨੋਟ ਰੱਖਣੀਆਂ ਨੇ ਠੀਕ ਹੈ ਨੈਕਸਟ ਕੁਐਸਚਨ ਰਾਜ ਸਭਾ ਦੇ ਵਿੱਚ ਇੱਕ ਮਨੀ ਬਿਲ ਦੇ ਪਾਸ ਹੋਣ ਦੇ ਵਿੱਚ ਦੇਰੀ ਕਰ ਸਕਦੀ ਹੈ ਇਸ ਦੇ ਵਿੱਚ ਵੱਧ ਤੋਂ ਵੱਧ ਦੇਰੀ ਕੀ ਹੈ ਸੋ ਕਿੰਨੀ ਦੇਰੀ ਹੋ ਸਕਦੀ ਹੈ ਸੋ ਕਿੰਨਾ ਸਮਾਂ ਇਸ ਦੇ ਵਿੱਚ ਤਾਂ ਇਹ ਵੀ ਕੁਐਸਚਨ ਬਹੁਤ ਵਾਰੀ ਇਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਸੋ ਰਾਈਟ ਆਨਸਰ ਆਪਸ਼ਨ ਨੰਬਰ ਸੀ ਹੈ 14 ਦਿਨ ਠੀਕ ਹੈ 14 ਡੇਜ਼ ਨੇ ਜੋ ਵੱਧ ਤੋਂ ਵੱਧ ਰਸਵਾ ਸੁਮਣੀ ਬਿਲ ਪਾਸੋਂ ਦੇ ਦੇਰੀ ਕਰ ਸਕਦੀ ਹੈ ਇਸ ਦੇ ਵਿੱਚ ਸੋ ਰਾਈਟ ਆਨਸਰ ਆਪਸ਼ਨ ਨੰਬਰ ਸੀ ਹੋਏਗਾ 14 ਦਿਨ ਨੈਕਸਟ ਕੁਐਸਚਨ ਦੇਖੋ ਗਾਇਸ ਤੇ ਲਾਸਟ ਕੁਐਸਚਨ ਆਪਣੇ ਕੋਲ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਜਨਨ ਕਿ ਆਰਟੀਕਲ ਜਿਹਦੇ ਵਿੱਚ ਪ੍ਰੈਸ ਦੀ ਆਜ਼ਾਦੀ ਦਿੱਤੀ ਗਈ ਹੈ ਸੋ ਪ੍ਰੈਸ ਦੀ ਆਜ਼ਾਦੀ ਦਿੱਤੀ ਗਈ ਹੈ ਗਾਇਸ ਸੋ ਆਪਸ਼ਨ ਨੰਬਰ ਸੀ 191 A ਦੇ ਵਿੱਚ ਠੀਕ ਹੈ ਸੋ ਨੋਟ ਰੱਖਿਓ ਇਹ ਜੋ ਕਿ ਪ੍ਰੈਸ ਦੀ ਜਾਰੀ ਦਿੱਤੀ ਗਈ ਹੈ ਭਾਰਤੀ ਸੰਵਿਧਾਨ ਦੇ ਵਿੱਚ ਸੋ ਆਰਟੀਕਲ 191 ए ਦੇ ਵਿੱਚ ਠੀਕ ਹੈ ਤੇ ਗਾਈਜ਼ ਦੇਖੋ ਆਪਣੇ ਸੋ 22 ਕੁਐਸਚਨ ਹੋਏ ਲਗਭਗ ਆਪਣੇ ਸੋ 40 ਦੇ ਕੁਐਸਚਨ ਲਗਭਗ ਹੋ ਚੁੱਕੇ ਨੇ ਆਪਣੇ ਕਿਉਂਕਿ ਜਾਣਕਾਰੀ ਦੇ ਵਿੱਚ ਵੀ ਬਹੁਤ ਸਾਰੇ ਕੁਐਸਚਨ ਬਣ ਜਾਂਦੇ ਨੇ ਤੇ ਉਹਨਾਂ ਨੂੰ ਲੱਗਦਾ ਆਪਾਂ ਕੁਐਸਚਨ ਲੈ ਲਈਏ ਫਿਰ ਉਹ ਜਿਆਦਾ ਉਹ ਬਣ ਜਾਂਦੇ ਆ ਲੱਗਦਾ ਕੁਐਸਚਨ ਬਣ ਜਾਂਦੇ ਨੇ ਬਟ ਆਪਾਂ ਜੀ ਨਾਲ ਨਾਲ ਜਾਣਕਾਰੀ ਨੋਟ ਕਰਦੇ ਚੱਲੀਏ ਤਾਂ ਇੱਕ ਕੁਐਸਚਨ ਦੇ ਵਿੱਚ ਹੀ ਆੜੇ ਜਾਂਦੇ ਨੇ ਤੇ ਤੁਹਾਨੂੰ ਪੜਨ ਦੇ ਵਿੱਚ ਵੀ ਆਸਾਨ ਹੋ ਜਾਂਦਾ ਹੈ ਠੀਕ ਹੈ ਤਾਂ ਹੀ ਯਾਦ ਰੱਖਿਓ ਤੇ ਕੁਐਸਚਨ ਜੇਕਰ ਵੀਡੀਓ ਬਧੇ ਲੱਗੀ ਹੈ ਪਲੀਜ਼ ਵੀਡੀਓ ਨੂੰ ਬਾਤ-ਬਾਤ ਲਾਈਕ ਕਰਿਓ ਤੇ ਇਸ ਵੀਡੀਓ ਨੂੰ ਦੋਸਤਾਂ ਨਾਲ ਬਾਤ-ਬਾਤ ਸ਼ੇਅਰ ਕਰਿਓ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਇੰਪੋਰਟ ਸੀ ਤੇ ਗਾਈਜ਼ ਜਿਹਨਾਂ ਨੇ ਨਵੇਂ ਚੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਸੋ ਇਹੋ ਜਿਹੇ ਵੀਡੀਓ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਨੈਕਸਟ ਬਹੁਤ ਸਾਰੇ ਦੋਸਤ ਮੌਕ ਟੈਸਟ ਬਾਰੇ ਕਹਿ ਰਹੇ ਸੀ ਤੇ ਬਸ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਮੌਕ ਟੈਸਟ ਵੀ ਸਟਾਰਟ ਕਰਾਂਗੇ ਠੀਕ ਹੈ ਪੁਲਿਸ ਵਗੈਰਾ ਦੇ ਤੇ ਗਾਈਜ਼ ਤੁਹਾਨੂੰ ਵੀਡੀਓ ਇਸ ਤਰ੍ਹਾਂ ਪ੍ਰੋਵਾਈਡ ਕਰਦੇ ਰਹਾਂ